ਪਰ ਇਹਨਾਂ ਨੇ ਪਤਾ ਕੀ ਕੀਤਾ ਇਹਨਾਂ ਨੇ ਨਾ ਡਿਵੀਜ਼ਨ ਸਿਸਟਮ ਕਰਵਾਇਆ ਵੌਇਸ ਆ ਕਾ ਚਮਚੋੜਾ ਕਰਕੇ ਰਾਜ ਸਭਾ ਦਾ ਟੀਵੀ ਬੰਦ ਹੀ ਕਰਤਾ ਕੀ ਇਤੋਂ ਵੱਡੀ ਸੱਤ ਲੋਕਤੰਤਰ ਨੂੰ ਕੋਈ ਵੱਜ ਸਕਦੀ ਹੈ ਰਾਜ ਕਰਨਾ ਜਮ ਜਮ ਕਰੋ ਅਸੀਂ ਖੁਦ ਕਹਿੰਦੇ ਤੁਸੀਂ ਰਾਜ ਕਰੋ ਪਰ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਣਾ ਚਾਹੀਦਾ पिछले महीने गवर्नर ऑफ आरबीआई रिजर्व बैंक ऑफ इंडिया वो कह रहे हैं उन्हें स्टेटमेंट दी वो भाई बह जाओ कम की गल दसो मैं गवर्नर ऑफ आरबीआई ने की स्टेटमेंट दी मान लो आप 100 बंदा बैठा 100 बंदे का आपको कोई मता पास करना है
ਜਿਹੜਾ 100 ਬੰਦਾ ਖੜੇ ਕਰਕੇ ਕਹੂਗਾ ਕਿ ਹਾਂ ਅਸੀਂ ਹੱਕ ਚਾਹ ਜੇ ਕੋਈ ਰੋਚ ਕਹਿੰਦਾ ਤਾਂ ਫਿਰ ਗ੍ਰੀਨ ਸਿਸਟਮ ਲੱਗਦਾ ਪਰ ਇਹਨਾਂ ਨੇ ਪਤਾ ਕੀ ਕੀਤਾ ਇਹਨਾਂ ਨੇ ਨਾ ਡਿਵੀਜ਼ਨ ਸਿਸਟਮ ਕਰਵਾਇਆ ਵੌਇਸ ਆ ਕਾ ਚਮਚੋੜਾ ਕਰਕੇ ਰਾਜ ਸਭਾ ਦਾ ਟੀਵੀ ਬੰਦ ਕੀ ਕਰਤਾ ਕੀ ਇੱਕੋ ਵੱਡੀ ਸੱਤ ਲੋਕਤੰਤਰ ਨੂੰ ਕੋਈ ਵੱਜ ਸਕਦੀ ਹੈ ਰਾਜ ਕਰਨਾ ਜਮ ਜਮ ਕਰੋ ਅਸੀਂ ਖੁਦ ਕਹਿੰਦੇ ਤੁਸੀਂ ਰਾਜ ਕਰੋ ਪਰ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਣਾ ਚਾਹੀਦਾ ਸਿੱਖੀ ਅਤੇ ਜਿਹੜੇ 40 ਸਾਲ ਰਾਜ ਦੇ ਵਿੱਚ ਅਜੇ ਕੋਈ ਭੁੱਖਾ ਨਹੀਂ ਸੁੱਤਾ ਬੰਦਾ ਛੱਡੋ ਕੁੱਤਾ ਨਹੀਂ ਸੁੱਤਾ ਇਹੋ ਜਿਹਾ ਰਾਜ ਕਰੋ ਅਸੀਂ ਵੀ ਤੁਹਾਡੇ ਰਾਜ ਦੇ ਖੁਸ਼ ਹਾਂ ਪਰ ਦੇਸ਼ ਦਾ 7 ਕਰੋੜ ਕਿਸਾਨ ਪਿਛਲੇ ਮਹੀਨੇ ਗਵਰਨਰ ਆਫ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਉਹ ਕਹਿ ਰਹੇ ਆ ਉਹਨੇ ਸਟੇਟਮੈਂਟ ਦਿੱਤੀ ਉਹ ਭਾਈ ਬਹਿ ਜਾਓ ਕੰਮ ਦੀ ਗੱਲ ਦੱਸੋ ਤੁਹਾਨੂੰ ਗਵਰਨਰ ਆਫ ਆਰਬੀਆਈ ਨੇ ਕੀ ਸਟੇਟਮੈਂਟ ਦਿੱਤੀ